ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਮੁਖ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ। ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਇਸ ਸਮੇਂ ਦੀਆਂ ਕੁਝ ਖਾਸ ਅਪਡੇਟਸ ਲੈ ਕੇ। ਤਾਂ ਦੋਸਤੋ, ਕਿਹੜੀਆਂ ਉਹ ਅਪਡੇਟਸ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ? ਦੋਸਤੋ, 8-9 ਮਿੰਟ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਹੀ ਉਹ ਖਾਸ ਖਬਰਾਂ ਸ਼ਾਮਲ ਕਰ ਲੈਣੀਆਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਅਤੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਦੋਸਤੋ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੱਖੇ ਸਿਧਾਣੇ ਦੀ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹਿਰਾਜ ਦੇ ਵਿੱਚ ਰੈਲੀ ਹੋਈ ਸੀ ਜੋ ਕਿ ਬਹੁਤ ਹੀ ਸ਼ਾਨਦਾਰ ਰਹੀ, ਜਿਸ ਨੇ ਕਿ ਵਿਰੋਧੀਆਂ ਦੇ ਕੰਨ ਤਾਂ ਖੋਲ ਹੀ ਦਿੱਤੇ, ਨਾਲ ਨਾਲ ਉਹਨਾਂ ਕਿਸਾਨ ਆਗੂਆਂ ਨੂੰ ਵੀ ਦੱਸ ਦਿੱਤਾ ਕਿ ਨੌਜਵਾਨਾਂ ਦੇ ਪਿੱਛੇ ਵੀ ਭੀੜ ਆ ਸਕਦੀ ਹੈ। ਬਿਲਕੁਲ ਦੋਸਤੋ, ਇਸੇ ਕਰਕੇ ਤਾਂ ਕੁਝ ਕਿਸਾਨ ਆਗੂਆਂ ਦੇ ਬਿਆਨ ਜਿੱਥੇ ਕਿ ਨੌਜਵਾਨਾਂ ਦੇ ਪੱਖ ਵਿੱਚ ਕਹਿਣ ਤੋਂ ਭਾਵ ਕਿ ਲੱਖੇ ਸਿਧਾਣੇ ਦੇ ਪੱਖ ਵਿੱਚ ਆਏ, ਉੱਥੇ ਹੀ ਦੂਸਰੇ ਪਾਸੇ ਕਈ ਆਗੂਆਂ ਨੇ ਫਿਰ ਇਸ ਨੂੰ ਕਾਂਗਰਸ ਦੀ ਰੈਲੀ ਕਰਾਰ ਦਿੱਤਾ। ਕਿਉਂਕਿ ਦੋਸਤੋ, ਲੱਗਦਾ ਹੈ ਕਿ ਕੁਝ ਆਗੂਆਂ ਅਤੇ ਕੁਝ ਰਾਜਨੇਤਾਵਾਂ ਦੇ ਇਸ ਮਹਾਰਾਜ ਵਾਲੀ ਰੈਲੀ ਨੇ ਹੋਸ਼ ਉਡਾ ਦਿੱਤੇ ਹਨ। ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਲੱਖੇ ਸਿਧਾਣੇ ਨੇ ਸਟੇਜ ਦੇ ਉੱਪਰੋਂ ਕਿਹਾ ਸੀ ਕਿ ਕੋਈ ਵੀ ਨੌਜਵਾਨ ਗ੍ਰਿਫਤਾਰੀ ਨਾ ਦੇਵੇ, ਅਗਰ ਦਿੱਲੀ ਪੁਲਿਸ ਕਿਸੇ ਨੂੰ ਫੜਨ ਲਈ ਆਉਂਦੀ ਹੈ ਤਾਂ ਪੂਰਾ ਪਿੰਡ ਉਸਦਾ ਘਿਰਾਵ ਕਰ ਲਵੇ। ਨਾਲ ਹੀ ਦੋਸਤੋ, ਲੱਖੇ ਸਿਧਾਣੇ ਨੇ ਇਹ ਵੀ ਕਿਹਾ ਸੀ ਕਿ ਮੈਂ ਵੀ ਹਾਲੇ ਗ੍ਰਿਫਤਾਰੀ ਨਹੀਂ ਦੇਵਾਂਗਾ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਲੱਖੇ ਸਿਧਾਣੇ ਦੀ ਕਹੀ ਹੋਈ ਗੱਲ ਇੱਕ ਵਾਰ ਫਿਰ ਤੋਂ ਨੌਜਵਾਨਾਂ ਅਤੇ ਆਮ ਲੋਕਾਂ ਦੇ ਦਿਲ ਦੇ ਉੱਪਰ ਘਰ ਕਰ ਗਈ ਹੈ। ਬਿਲਕੁਲ ਦੋਸਤੋ, ਤੁਹਾਨੂੰ ਦੱਸ ਦਈਏ ਕਿ ਲੱਖਾ ਸਿਧਾਣਾ ਜਦੋਂ ਇਸ ਰੈਲੀ ਦੇ ਵਿੱਚ ਪਹੁੰਚੇ ਤਾਂ ਤੁਸੀਂ ਜਿਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਲੱਖਾ ਸਿਧਾਣਾ ਇੱਕ ਮੋਟਰਸਾਈਕਲ ਦੇ ਉੱਪਰ ਸਵਾਰ ਹਨ। ਦੋਸਤੋ, ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ, ਲੱਖਾ ਸਿਧਾਣਾ ਇੱਕ ਮੋਟਰਸਾਈਕਲ ਦੇ ਉੱਪਰ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਆਏ ਹਨ ਅਤੇ ਦੋਸਤੋ ਹੁਣ ਇਸੇ ਮੋਟਰਸਾਈਕਲ ਨੂੰ ਲੈ ਕੇ ਪੰਗਾ ਪੈ ਗਿਆ ਹੈ। ਬਿਲਕੁਲ ਦੋਸਤੋ, ਇਸੇ ਮੋਟਰਸਾਈਕਲ ਨੂੰ ਲੈ ਕੇ ਇਸ ਮੋਟਰਸਾਈਕਲ ਦਾ ਜੋ ਓਨਰ ਹੈ ਉਸ ਨੂੰ ਪੁਲਿਸ ਨਾਲ ਥਾਣੇ ਲੈ ਕੇ ਗਈ ਅਤੇ ਦੋਸਤੋ ਉਸ ਤੋਂ ਬਾਅਦ ਕੀ ਘਟਨਾਕ੍ਰਮ ਹੋਇਆ ਉਹ ਵੀ ਤੁਹਾਨੂੰ ਦੱਸਦੇ ਹਾਂ। ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਖਰ ਲੱਖਾ ਸਿਧਾਣਾ ਇਸ ਮੋਟਰਸਾਈਕਲ ਦੇ ਉੱਪਰ ਕਿਉਂ ਆਏ। ਦੋਸਤੋ, ਨੰਬਰ ਇੱਕ ਤਾਂ ਲੱਖਾ ਸਿਧਾਣਾ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ, ਇਸੇ ਕਰਕੇ ਲੱਖਾ ਸਿਧਾਣਾ ਸ਼ਾਇਦ ਇਸ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਹੋਣ ਤਾਂ ਕਿ ਜਲਦੀ ਤੋਂ ਜਲਦੀ ਲੋਕਾਂ ਦੀ ਭੀੜ ਦੇ ਵਿੱਚ ਪਹੁੰਚਿਆ ਜਾਵੇ ਅਤੇ ਤੁਰਨ ਦੀ ਬਜਾਏ ਇਸ ਮੋਟਰਸਾਈਕਲ ਦੇ ਉੱਪਰ ਜੋ ਆਪਣਾ ਰਸਤਾ ਸੀ ਉਸ ਨੂੰ ਤੈਅ ਕੀਤਾ ਜਾਵੇ। ਅਤੇ ਦੋਸਤੋ, ਇਸੇ ਕਰਕੇ ਪੁਲਿਸ ਨੇ ਇਸ ਮੋਟਰਸਾਈਕਲ ਵਾਲੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਆਪਣੇ ਨਾਲ ਲੈ ਕੇ ਗਏ। ਅਤੇ ਦੋਸਤੋ, ਥੋੜ੍ਹੀ ਦੇਰ ਬਾਅਦ ਇਹ ਖਬਰ, ਇਹ ਸਾਰੀ ਘਟਨਾ ਉਸ ਇਲਾਕੇ ਦੇ ਵਿੱਚ ਫੈਲ ਗਈ ਅਤੇ ਦੋਸਤੋ ਸੁਣਿਆ ਜਾਂਦਾ ਹੈ ਕਿ ਜਿਸ ਥਾਣੇ ਦੇ ਵਿੱਚ ਉਸ ਨੌਜਵਾਨ ਨੂੰ ਲੈ ਕੇ ਜਾਇਆ ਗਿਆ ਸੀ ਬਹੁਤ ਜ਼ਿਆਦਾ ਭੀੜ ਉਸ ਥਾਣੇ ਦੇ ਬਾਹਰ ਜਮ੍ਹਾਂ ਹੋ ਗਈ ਅਤੇ ਦੋਸਤੋ ਇਸੇ ਦਬਾਅ ਦੇ ਕਾਰਨ ਇਸ ਮੋਟਰਸਾਈਕਲ ਵਾਲੇ ਵੀਰ ਨੂੰ ਰਿਹਾ ਕਰ ਦਿੱਤਾ ਗਿਆ ਹੈ। ਉਸ ਨੌਜਵਾਨ ਦੀ ਰਿਹਾਈ ਤੋਂ ਬਾਅਦ ਇਸ ਏਰੀਏ ਦੇ ਜੋ ਲੋਕ ਸੀ ਉਹਨਾਂ ਨੇ ਥਾਣੇ ਦੇ ਬਾਹਰ ਤੋਂ ਹੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਜਿੱਥੇ ਕਿ ਸੁਨੇਹਾ ਦਿੱਤਾ ਹੈ ਉੱਥੇ ਹੀ ਚੇਤਾਵਨੀ ਵੀ ਦੇ ਦਿੱਤੀ ਹੈ। ਮੋਟਰਸਾਈਕਲ ਸੀ, ਸਾਨੂੰ ਨਹੀਂ ਪਤਾ ਲੱਖੇ ਦੇ ਹੱਥੋਂ ਕਿੱਥੋਂ ਲੱਗਿਆ, ਕਿੱਧਰ ਦੀ ਲੱਖਾ ਲੈ ਕੇ ਗਿਆ ਮੁੜ ਕੇ। ਉਸ ਆਧਾਰ ਤੇ ਇਹਨਾਂ ਨੂੰ ਇੱਥੇ ਬਿਠਾ ਲਿਆ ਸੀ ਸਵੇਰ ਦਾ ਪੁਲਿਸ ਨੇ। ਪੁਲਿਸ ਹੈ ਜਿਹੜੀ ਉਹ ਸਾਨੂੰ ਡਰਾ ਧਮਕਾ ਰਹੀ ਹੈ, ਜਿਨ੍ਹਾਂ ਨੇ ਉੱਥੇ ਇਹ ਸਾਰਾ ਪ੍ਰਬੰਧ ਕੀਤਾ ਸੀ। ਨੌਜਵਾਨ ਕਿਸੇ ਨੂੰ ਕਹਿ ਦਿੰਦੀ ਹੈ ਲੱਖਾ ਤੁਹਾਡੇ ਕੋਲੇ ਰੋਕ ਕੇ ਗਿਆ, ਸਾਨੂੰ ਫੋਨਾਂ ਸਾਡੇ ਫੋਨ ਟਰੇਸ ਤੇ ਲੱਗੇ ਹੋਏ ਆ, ਕਿਸੇ ਨੂੰ ਕਹਿ ਦਿੰਦੇ ਆ ਤੁਸੀਂ ਭਜਾਇਆ ਉਹਨੂੰ, ਉਹ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕਿੱਧਰ ਨੂੰ ਵਗ ਗਿਆ ਕਿਸੇ ਨੂੰ ਕੋਈ ਪਤਾ ਨਹੀਂ। ਜੇ ਕਿਸੇ ਵੀ ਬੰਦੇ ਨੂੰ ਇਸ ਤਰ੍ਹਾਂ ਨਾਲ ਤੰਗ ਪਰੇਸ਼ਾਨ ਕੀਤਾ ਗਿਆ ਅਸੀਂ ਉਹਦਾ ਘਰਾਓ ਕਰਾਂਗੇ, ਜਿਹਦੀ ਜ਼ਿੰਮੇਵਾਰੀ ਫਿਰ ਪੁਲਿਸ ਦੀ ਬਣਦੀ, ਐਡਮਿਨਿਸਟ੍ਰੇਸ਼ਨ ਦੀ। ਤਾਂ ਦੋਸਤੋ, ਤੁਸੀਂ ਨੇ ਦੇਖਿਆ ਕਿ ਲੱਖੇ ਸਿਧਾਣੇ ਨੇ ਜਿਹੜਾ ਮੋਟਰਸਾਈਕਲ ਆਪਣੀ ਰੈਲੀ ਦੇ ਵਿੱਚ ਆਉਣ ਲਈ ਵਰਤਿਆ ਸੀ ਉਸ ਦੇ ਮਾਲਕ ਨੂੰ ਕਿਸ ਤਰ੍ਹਾਂ ਥਾਣੇ ਬੁਲਾਇਆ ਗਿਆ ਅਤੇ ਲੋਕਾਂ ਨੇ ਉਸ ਦਾ ਸਾਥ ਦਿੱਤਾ। ਹੁਣ ਵੱਧਦੇ ਹਾਂ ਆਪਾਂ ਆਪਣੀ ਅਗਲੀ ਅਪਡੇਟ ਵੱਲ। ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਮਹਿਰਾਜ ਵਾਲੀ ਰੈਲੀ ਬਹੁਤ ਵਧੀਆ ਰਹੀ ਅਤੇ ਇਸ ਰੈਲੀ ਦੇ ਵਿੱਚ ਬਹੁਤ ਸਾਰੇ ਨੌਜਵਾਨ ਆਏ ਅਤੇ ਦੱਸਿਆ ਜਾਂਦਾ ਹੈ ਕਿ 1.5-2 ਲੱਖ ਬੰਦਾ ਇਸ ਰੈਲੀ ਦੇ ਵਿੱਚ ਮੌਜੂਦ ਸੀ। ਅਤੇ ਦੋਸਤੋ, ਇਹ ਇੱਕ ਬਹੁਤ ਵੱਡਾ ਅੰਕੜਾ ਹੁੰਦਾ ਹੈ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ, ਵਿਰੋਧੀਆਂ ਦੀਆਂ ਅੱਖਾਂ ਖੋਲ੍ਹਣ ਲਈ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਹਰਿਆਣੇ ਦੇ ਜੋ ਕਿਸਾਨ ਆਗੂ ਹਨ ਗੁਰਨਾਮ ਸਿੰਘ ਚੜੂਨੀ, ਵੈਸੇ ਤਾਂ ਦੋਸਤੋ ਇਹ ਸ਼ੁਰੂ ਤੋਂ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਹਨ ਅਤੇ ਦੱਸਿਆ ਜਾਂਦਾ ਹੈ ਕਿ ਵੈਸੇ ਵੀ ਇਹ ਬਹੁਤ ਵਧੀਆ ਇਨਸਾਨ ਹਨ, ਜਿੱਥੇ ਕਿ ਦੋਸਤੋ ਸਮੇਂ-ਸਮੇਂ ਦੇ ਉੱਪਰ ਪੰਜਾਬ ਦੇ ਆਗੂ ਪੰਜਾਬ ਦੇ ਨੌਜਵਾਨਾਂ ਦਾ ਹੌਂਸਲਾ ਤੋੜਦੇ ਰਹਿੰਦੇ ਹਨ, ਉੱਥੇ ਹੀ ਦੂਸਰੇ ਪਾਸੇ ਗੁਰਨਾਮ ਸਿੰਘ ਚੜੂਨੀ ਅਕਸਰ ਹੀ ਨੌਜਵਾਨਾਂ ਦਾ ਹੌਂਸਲਾ ਵਧਾਉਂਦੇ ਰਹਿੰਦੇ ਹਨ। ਅਤੇ ਦੋਸਤੋ, ਹੁਣ ਵੀ ਜਦੋਂ ਇੱਕ ਕਿਸਾਨ ਆਗੂ ਨੇ ਲੱਖੇ ਸਿਧਾਣੇ ਦੀ ਰੈਲੀ ਨੂੰ ਆਖ ਦਿੱਤਾ ਕਿ ਇਹ ਕਾਂਗਰਸ ਦਾ ਇਕੱਠ ਕੀਤਾ ਹੋਇਆ ਹੈ, ਤਾਂ ਦੋਸਤੋ ਉਸ ਦੇ ਤੁਰੰਤ ਬਾਅਦ ਗੁਰਨਾਮ ਸਿੰਘ ਚੜੂਨੀ ਵੀ ਇੱਕ ਬਿਆਨ ਦੇ ਦਿੰਦੇ ਹਨ ਕਿ ਇਹ ਕਿਸੇ ਦੀ ਸ਼ਹਿ ਦੇ ਉੱਪਰ ਕਰੀ ਗਈ ਰੈਲੀ ਨਹੀਂ ਸੀ, ਇਹ ਨੌਜਵਾਨਾਂ ਦਾ ਏਕਾ ਹੈ ਜਿਨ੍ਹਾਂ ਨੇ ਕਿ ਇਹ ਇਕੱਠ ਕਰਕੇ ਦਿਖਾਇਆ ਹੈ। ਤਾਂ ਦੋਸਤੋ, ਆਓ ਗੁਰਨਾਮ ਸਿੰਘ ਚੜੂਨੀ ਦੀ ਇਸ ਵਾਇਰਲ ਹੋ ਰਹੀ ਵੀਡੀਓ ਦੇ ਵੱਲ ਇੱਕ ਨਿਗਾਹ ਮਾਰ ਲੈਂਦੇ ਹਾਂ। ਹਾਂ, ਚੰਗੀ ਰੈਲੀ ਹੋਈ ਹੈ ਅਤੇ ਨੌਜਵਾਨ ਜਿਹੜਾ ਉਹ ਜਾਗਰਿਤ ਹੋਣਾ ਵੀ ਚਾਹੀਦਾ ਕਿਉਂਕਿ ਐਕਚੁਅਲੀ ਅੰਦੋਲਨ ਤਾਂ ਉਹਨਾਂ ਵਾਸਤੇ ਹੀ ਲੜ ਰਹੇ ਹਾਂ।
ਅਤੇ ਉਹ ਉਹਨਾਂ ਦੀ ਜਿਹੜੀ ਜਾਗ੍ਰਿਤੀ ਆ ਉਹ ਸਰਕਾਰ ਵਾਸਤੇ ਇੱਕ ਚੇਤਾਵਨੀ ਵੀ ਹੈ। ਉੱਥੇ ਜਿਹੜੀ ਰੈਲੀ ਹੋਈ ਹੈ ਉਹ ਬਹੁਤ ਚੰਗਾ ਇਕੱਠ ਹੋਇਆ। ਸਰਕਾਰ ਨੂੰ ਸਮਝ ਜਾਣਾ ਚਾਹੀਦਾ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਅੰਦੋਲਨ ਦੇ ਵਿੱਚ ਸ਼ਾਮਲ। ਏਜੰਸੀਆਂ ਦਾ ਕੰਮ ਸੀਗਾ ਜਿਹੜਾ ਉੱਥੇ ਇਕੱਠ ਕਰਾਇਆ ਗਿਆ? ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਏਜੰਸੀਆਂ ਕਿਵੇਂ ਇਕੱਠ ਕਰਾਉਣਗੀਆਂ? ਇਕੱਠ ਦੇ ਬੰਦੇ ਹੀ ਕਰਨਗੇ, ਇਕੱਠ ਦੇ ਉਹਨਾਂ ਦੇ ਐਡਵਰਟਾਈਜ਼ਮੈਂਟ ਨਾਲ ਹੋਏਗਾ। ਏਜੰਸੀਆਂ ਕਿਵੇਂ ਕਰ ਨਹੀਂ ਉਹ ਕੋਈ ਕਿਸਾਨੀ ਅੰਦੋਲਨ ਦੇ ਵਿਰੁੱਧ ਥੋੜ੍ਹਾ ਹੀ ਹੋਇਆ ਹੈ, ਕਿਸਾਨੀ ਅੰਦੋਲਨ ਦੇ ਪੱਖ 'ਚ ਹੀ ਹੋਇਆ ਨਾ, ਕਿਸਾਨੀ ਅੰਦੋਲਨ ਦੇ ਵਿਰੁੱਧ ਤਾਂ ਨਾ ਹੋਇਆ। ਵੱਖਰੀ ਗੱਲ ਹੈ ਉਹ ਕਿਸੇ ਹੋਰ ਨੇ ਕੀਤਾ, ਦੂਜੇ ਪਾਸੇ ਕੋਈ ਹੋਰ ਕਰਦਾ, ਵੱਖਰੀ ਗੱਲ ਹੈ, ਪਰ ਅੰਦੋਲਨ ਤਾਂ ਸਾਰਿਆਂ ਦਾ ਇਕੱਠਾ ਹੀ ਹੈ ਨਾ। ਦੋਸਤੋ, ਕਿਹਾ ਜਾਂਦਾ ਹੈ ਕਿ ਅੱਗ ਦੀ ਇੱਕ ਚਿੰਗਾਰੀ ਬਹੁਤ ਹੁੰਦੀ ਹੈ ਭਾਂਬੜ ਬਾਲਣ ਵਾਸਤੇ। ਦੋਸਤੋ, ਇਸੇ ਤਰ੍ਹਾਂ ਦਾ ਭਾਂਬੜ ਸੋਨਮ ਬਾਜਵਾ ਨੇ ਬਾਲ ਦਿੱਤਾ ਹੈ। ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਨਵੀਂ ਕੌਂਟਰੋਵਰਸੀ ਖੜੀ ਕਰ ਦਿੱਤੀ ਹੈ। ਬਿਲਕੁਲ ਦੋਸਤੋ, ਸੋਨਮ ਬਾਜਵਾ ਨੇ ਸ਼ਾਂਤ ਪਈ ਅੱਗ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਂਬੜ ਬਾਲ ਦਿੱਤਾ ਹੈ ਅਤੇ ਦੋਸਤੋ ਮਿਊਜ਼ਿਕ ਇੰਡਸਟਰੀ ਦੇ ਵਿੱਚ ਫਿਰ ਤੋਂ ਕੌਂਟਰੋਵਰਸੀ ਸ਼ੁਰੂ ਹੋ ਗਈ ਹੈ। ਰਿਪਲਾਈਜ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਬਿਲਕੁਲ ਦੋਸਤੋ, ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਕਰਨ ਔਜਲੇ ਨੇ ਸੋਨਮ ਬਾਜਵਾ ਦੇ ਸ਼ੋਅ ਦੇ ਵਿੱਚ ਸੋਨਮ ਬਾਜਵਾ ਦੇ ਇੱਕ ਐਸੇ ਸਵਾਲ ਦਾ ਜਵਾਬ ਦਿੱਤਾ ਜਿਸ ਤੋਂ ਬਾਅਦ ਕਿ ਤੁਹਾਨੂੰ ਪਤਾ ਹੈ ਕਿ ਕੌਂਟਰੋਵਰਸੀ ਖੜੀ ਹੋ ਗਈ ਹੈ। ਕੀ ਕਿਹਾ ਸੀ ਸੋਨਮ ਬਾਜਵਾ ਨੂੰ ਕਰਨ ਔਜਲੇ ਨੇ? ਪਹਿਲਾਂ ਇਹ ਵੀਡੀਓ ਦੇਖ ਲਓ। ਈਜ਼ ਜਾਂ ਕੁਆਲਿਟੀ ਜਿਹੜੀ ਤੁਸੀਂ ਫੋਲੋਇੰਗ ਲਿਰਿਸਿਸਟ ਤੋਂ ਲੈਣਾ ਚਾਹੋਗੇ? ਜਾਨੀ, ਸ਼ਾਇਰੀ, ਅੰਮ੍ਰਿਤਮਾਨ, ਕੁਝ ਵੀ ਨਹੀਂ। ਤਾਂ ਦੋਸਤੋ, ਇਹੀ ਉਹ ਵੀਡੀਓ ਸੀ ਜਿਸ ਤੋਂ ਬਾਅਦ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੌਂਟਰੋਵਰਸੀ ਖੜੀ ਹੋ ਗਈ। ਸਿੱਧੂ ਮੂਸੇਵਾਲੇ ਨੇ ਵੀ ਕਈ ਰਿਪਲਾਈ ਕੀਤੇ ਅਤੇ ਉਸ ਤੋਂ ਬਾਅਦ ਅੰਮ੍ਰਿਤ ਮਾਨ ਅਤੇ ਕਰਨ ਔਜਲੇ ਦੇ ਵਿੱਚ ਵੀ ਰਿਪਲਾਈਜ਼ ਦਾ ਦੌਰ ਜਾਰੀ ਹੈ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਸੋਨਮ ਬਾਜਵਾ ਨੇ ਸ਼ਾਇਦ ਇਹ ਇਸ ਕਰਕੇ ਕੀਤਾ ਹੋਵੇ ਕਿ ਉਸ ਦਾ ਸ਼ੋਅ ਚਰਚਾ ਦੇ ਵਿੱਚ ਆ ਜਾਵੇ ਅਤੇ ਇਸ ਸ਼ੋਅ ਨੂੰ ਥੋੜ੍ਹੀ ਬਹੁਤ TRP ਮਿਲ ਜਾਵੇ। ਪਰ ਦੋਸਤੋ, ਜਿੱਥੇ ਕਿ ਇੱਕ ਪਾਸੇ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਹੈ ਅਤੇ ਕੌਂਟਰੋਵਰਸੀਆਂ ਬਿਲਕੁਲ ਸ਼ਾਂਤ ਸੀ ਅਤੇ ਇਸ ਤੋਂ ਬਾਅਦ ਸੋਨਮ ਬਾਜਵਾ ਦੇ ਇਸ ਨਵੇਂ ਸ਼ੋਅ ਨੇ ਇੱਕ ਨਵਾਂ ਮੋੜ ਦੇ ਦਿੱਤਾ ਹੈ ਮਿਊਜ਼ਿਕ ਇੰਡਸਟਰੀ ਨੂੰ। ਵੈਸੇ ਦੋਸਤੋ, ਅਕਸਰ ਦੇਖਿਆ ਗਿਆ ਹੈ ਕਿ ਕਦੋਂ ਕੋਈ ਨਵਾਂ ਸ਼ੋਅ TV ਦੇ ਉੱਪਰ ਸ਼ੁਰੂ ਹੁੰਦਾ ਹੈ ਤਾਂ ਉਸ ਨੂੰ ਹਿੱਟ ਕਰਾਉਣ ਵਾਸਤੇ ਬੜੇ ਬੜੇ ਪਾਪੜ ਵੇਲੇ ਜਾਂਦੇ ਹਨ। ਇਸੇ ਕਰਕੇ ਲੱਗਦਾ ਹੈ ਕਿ ਇਸ ਸ਼ੋਅ ਦੇ ਜਿਹੜੇ ਪ੍ਰੋਡਿਊਸਰ ਸੀ ਉਹਨਾਂ ਦੀ ਇੱਕ ਚਾਲ ਹੈ, ਇਹ ਕੌਂਟਰੋਵਰਸੀ ਬਣਾਈ ਗਈ ਹੈ ਅਤੇ ਇਸ ਨੂੰ ਇਸ ਕਰਕੇ ਬਣਾਇਆ ਗਿਆ ਹੈ ਤਾਂ ਕਿ ਆਪਣਾ ਸ਼ੋਅ ਹਿੱਟ ਕਰਵਾਇਆ ਜਾ ਸਕੇ। ਅਤੇ ਦੋਸਤੋ, ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ 9/11 ਜਾਣੀ ਕਿ ਸਿੱਧੂ ਮੂਸੇਵਾਲੇ ਦੀ। ਦੋਸਤੋ, ਸਿੱਧੂ ਮੂਸੇਵਾਲੇ ਨੂੰ ਲੈ ਕੇ ਕੱਲ੍ਹ ਤੋਂ ਹੀ ਬਹੁਤ ਖਬਰਾਂ ਸਾਹਮਣੇ ਆ ਰਹੀਆਂ ਸੀ, ਜਿਵੇਂ ਕਿ ਕਿਹਾ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਗਾਇਕੀ ਛੱਡ ਸਕਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਇੰਸਟਾ ਦੇ ਉੱਪਰੋਂ ਸਾਰੀਆਂ ਪੋਸਟਾਂ ਹੀ ਡਿਲੀਟ ਮਾਰ ਦਿੱਤੀਆਂ ਅਤੇ ਦੋਸਤੋ ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਪ੍ਰੋਫਾਈਲ ਪਿੱਕ ਵੀ ਰਿਮੂਵ ਕਰ ਦਿੱਤੀ। ਪਰ ਦੋਸਤੋ, ਇਸ ਦੇ ਉੱਪਰ ਵਿਰਾਮ ਲਗਾ ਦਿੱਤਾ ਭਾਨਾ ਸਿੱਧੂ ਨਾਲ ਹੋਈ ਗੱਲਬਾਤ ਨੇ ਅਤੇ ਅਸੀਂ ਨੇ ਇਹ ਗੱਲਬਾਤ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਸੁਣਾਈ ਸੀ। ਅਗਰ ਤੁਸੀਂ ਇਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਇਸ ਦਾ ਲਿੰਕ ਹੈ, ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਨੇ ਸਿੱਧੂ ਨੇ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਨਾ ਹੀ ਤਾਂ ਗਾਇਕੀ ਛੱਡ ਰਹੇ ਹਨ ਅਤੇ ਨਾ ਹੀ ਗਾਇਕੀ ਤੋਂ ਦੂਰ ਹੋ ਰਹੇ ਹਨ। ਦੋਸਤੋ, ਸਿੱਧੂ ਮੂਸੇਵਾਲੇ ਨੇ ਜਿਹੜੀਆਂ ਪੋਸਟਾਂ ਡਿਲੀਟ ਮਾਰੀਆਂ ਸੀ ਉਹ ਪੋਸਟਾਂ ਸਿੱਧੂ ਮੂਸੇਵਾਲੇ ਨੇ ਇਸ ਕਰਕੇ ਡਿਲੀਟ ਮਾਰੀਆਂ ਕਿਉਂਕਿ ਅਕਸਰ ਹੀ ਦੇਖਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਅਕਸਰ ਹੀ ਆਪਣੀਆਂ ਪੁਰਾਣੀਆਂ ਪੋਸਟਾਂ ਸਮੇਂ ਉੱਪਰ ਡਿਲੀਟ ਕਰਦੇ ਰਹਿੰਦੇ ਹਨ। ਅਤੇ ਦੋਸਤੋ, ਇਸ ਦਾ ਗਵਾਹ ਪਿਛਲਾ ਸਮਾਂ ਰਿਹਾ ਹੈ ਜਦੋਂ ਸਿੱਧੂ ਮੂਸੇਵਾਲੇ ਨੇ ਕਈ ਵਾਰ ਆਪਣੇ ਕਿਸੇ ਗਾਣੇ ਦੀ ਪ੍ਰਮੋਸ਼ਨ ਕਰਨ ਵਾਸਤੇ ਕੋਈ ਪੋਸਟ ਪਾਈ ਹੋਵੇ ਅਤੇ ਉਸ ਦੇ 3-4 ਦਿਨਾਂ ਬਾਅਦ ਹੀ ਸਿੱਧੂ ਮੂਸੇਵਾਲੇ ਨੇ ਡਿਲੀਟ ਕੀਤੀ ਹੋਵੇ, ਐਸਾ ਵੀ ਕਈ ਵਾਰ ਦੇਖਿਆ ਗਿਆ ਹੈ। ਅਤੇ ਦੋਸਤੋ, ਹੁਣ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲੇ ਨੇ ਸਾਰੀਆਂ ਹੀ ਜੋ ਪਿਛਲੀਆਂ ਪੋਸਟਾਂ ਸੀ ਉਹ ਡਿਲੀਟ ਮਾਰ ਦਿੱਤੀਆਂ ਹਨ। ਤਾਂ ਫਿਰ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਅਗਰ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਨਾਲ ਕੋਈ ਗੁੱਸਾ ਗਿਲਾ ਹੋਵੇ ਜਾਂ ਫਿਰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸਾਡੇ ਇੰਸਟਾਗ੍ਰਾਮ ਦੇ ਉੱਪਰ ਲਿਖ ਸਕਦੇ ਹੋ, ਅਸੀਂ ਤੁਹਾਡਾ ਜਵਾਬ ਜ਼ਰੂਰ ਦੇਵਾਂਗੇ। ਤਾਂ ਦੋਸਤੋ, ਅਗਰ ਤੁਹਾਡੇ ਕੋਲ ਵੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੀ ਹੋਈ ਜਾਂ ਫਿਰ ਕਿਸੇ ਹੋਰ ਮੁੱਦੇ ਦੇ ਨਾਲ ਜੁੜੀ ਹੋਈ ਕੋਈ ਖਾਸ ਅਪਡੇਟ ਹੁੰਦੀ ਹੈ ਉਹ ਵੀ ਤੁਸੀਂ ਸਾਨੂੰ ਸਾਡੇ ਇੰਸਟਾਗ੍ਰਾਮ ਜਾਂ ਫਿਰ ਫੇਸਬੁੱਕ ਦੇ ਰਾਹੀਂ ਭੇਜ ਸਕਦੇ ਹੋ, ਅਸੀਂ ਤੁਹਾਡਾ ਨਾਮ ਆਪਣੀ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ। ਤਾਂ ਫਿਰ ਦੋਸਤੋ, ਧੰਨਵਾਦ, ਰੱਬ ਰਾਖਾ, ਜਲਦ ਮਿਲਾਂਗੇ ਹੋਰ ਕਿਸੇ ਨਵੀਂ ਵੀਡੀਓ ਨਾਲ।